ਤੇ ਬੁੱਢਾ ਜਾ ਜਾਂਦਾ ਹੀ ਨਹੀਂ ਕਿਸੇ ਪਾਸੇ ਉਹ ਤੇ ਅੜ ਗਿਆ ਮੈਂ ਤੇ ਉਦਾਂ ਹੀ ਸੋਚਿਆ ਸੀਗਾ ਵੀ ਇਦਾਂ ਕਰਕੇ ਪੈਸੇ ਚਾਰ ਕਮਾ ਲੂ ਉਹ ਤੇ ਅੜ ਗਿਆ ਉਹ ਤੇ ਬੜਾ ਅਣਖੀ ਨਿਕਲਿਆ ਸੋਸ਼ਲ ਮੀਡੀਆ ਅੱਜ ਕੱਲ੍ਹ ਕੋਈ ਵੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਤਰੀਕਾ ਮੰਨਿਆ ਜਾਂਦਾ ਹੈ ਅੱਜ ਕੱਲ੍ਹ ਕੋਈ ਵੀ ਚੀਜ਼ ਸਭ ਤੋਂ ਪਹਿਲਾਂ ਫੇਸਬੁੱਕ ਯੂਟਿਊਬ 'ਤੇ ਪਾਈ ਜਾਂਦੀ ਹੈ ਅੱਜ ਕੱਲ੍ਹ ਇੱਕ ਹੋਰ ਵੀਡੀਓ ਲੋਕਾਂ ਵਿੱਚ ਵਾਇਰਲ ਹੋ ਗਈ ਹੈ ਇਹ ਵੀਡੀਓ ਹੈ ਕੁਝ ਅਣਜਾਣ ਲੜਕਿਆਂ ਦੀ ਜਿਸ ਵਿੱਚ ਕਿ ਪੰਜਾਬ ਵਿੱਚ ਪਿਛਲੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਬਾਰੇ ਦੱਸਿਆ ਗਿਆ ਇਸ ਵਿੱਚ ਇੱਕ ਮੁੰਡੇ ਨੇ ਭਾਈ ਗੁਰਬਖਸ਼ ਸਿੰਘ ਬਣ ਕੇ ਉਹਨਾਂ ਦੀ ਐਕਟਿੰਗ ਕਰਕੇ ਉਹਨਾਂ ਦਾ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਇਸ ਵੀਡੀਓ ਵਿੱਚ ਹੋਰ ਵੀ ਲੋਕ ਦਿਖਾਏ ਗਏ ਨੇ ਕੀ ਹੈ ਇਸ ਵੀਡੀਓ ਵਿੱਚ ਉਹ ਤੁਹਾਨੂੰ ਦਿਖਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਮੈਂ ਤੁਹਾਨੂੰ ਗੁਰਬਖਸ਼ ਸਿੰਘ ਖਾਲਸਾ ਜੀ ਨੂੰ ਮਿਲਾਉਣ ਲੈ ਕੇ ਆਇਆ ਵੀ ਉਹਨਾਂ ਦਾ ਇੰਟਰਵਿਊ ਲੈਣਾ ਜਿਹੜੇ 30 ਦਿਨਾਂ ਤੋਂ ਤਕਰੀਬਨ ਭੁੱਖ ਹੜਤਾਲ 'ਤੇ ਬੈਠੇ ਹੋਏ ਨੇ ਉਹਨਾਂ ਦੀ ਭੁੱਖ ਹੜਤਾਲ ਬਾਰੇ ਪੁੱਛਣਾ ਵੀ ਉਹ ਕਿਸ ਦੇ ਕਾਰਨ ਬੈਠੇ ਨੇ ਕੀ ਵਿਚਾਰ ਆ ਉਹਨਾਂ ਦੇ ਦੱਸੋ ਖਾਲਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾ ਜਿਹੜੇ ਬੰਦੀ ਸਿੰਘ ਸੀਗੇ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਨਾ ਉਹਦੇ ਵਾਸਤੇ ਬੈਠੇ ਹਾਂ ਅਤੇ ਦਿਨ ਵੀ ਵਾਹਵਾ ਹੋ ਗਏ ਆ ਅਤੇ ਭੁੱਖ ਵੀ ਬੜੀ ਲੱਗੀ ਆ ਅਤੇ ਭਾਈ ਕੋਈ ਬੰਦਾ ਵੀ ਨਹੀਂ ਆ ਰਿਹਾ ਅਤੇ ਮੈਂ ਕਿਹੜਾ ਹੈ ਨਾ ਝੁਝਾਰ ਵਾਸਤੇ ਬੈਠਾ ਹੀ ਹਾਂ ਅਤੇ ਨਾ ਇਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਵੀ ਥੋੜ੍ਹਾ ਜਿਹਾ ਨਾ ਆਪਣੇ ਜਿਹੜੇ ਸਿੰਘ ਆ ਇਹਨਾਂ ਨੂੰ ਛੱਡ ਦਿਓ ਹੁਣ ਬਾਈ ਦਿਨ ਬਹੁਤ ਹੋ ਗਏ ਮੈਨੂੰ ਵੀ ਅਤੇ ਬੰਦਾ ਵੀ ਕੋਈ ਨਹੀਂ ਆ ਰਿਹਾ ਇੱਕ ਕੁਐਸਚਨ ਦੂਜੇ ਖਾਲਸਾ ਸਾਹਿਬ ਅੱਜ ਜਿਹੜੇ ਤੁਹਾਨੂੰ ਆਹ ਗਨਮੈਨ ਦਿੱਤੇ ਆ ਬਾਦਲ ਸਾਹਿਬ ਨੇ ਇਹ ਕਿਸ ਵਜ੍ਹਾ ਨਾਲ ਦਿੱਤੇ ਗਏ ਨੇ ਨਹੀਂ ਇਹ ਗੱਲ ਝੂਠੀ ਆ ਬਾਦਲ ਸਾਹਿਬ ਨੇ ਕਦੋਂ ਦਿਨੇ ਆਏ ਅਤੇ ਇਹ ਤਾਂ ਪਤਾ ਕੀ ਆ ਜਿਹੜੇ ਪੈਸਾ ਬਣਾ ਰਿਹਾ ਬਾਹਰੋਂ ਅਤੇ ਫਿਰ ਕੋਈ ਖੋਲ ਕੇ ਲੈ ਜੂਗਾ ਅਤੇ ਮੇਰੀ ਤਾਂ ਮਿਹਨਤ ਆ ਨਾ ਵੀ ਝੁਝਾਰ ਕੀ ਕਰੂੰਗਾ ਮਗਰੋਂ ਜੇ ਮੈਨੂੰ ਕੁਛ ਹੋ ਗਿਆ ਤੇ ਝੁਝਾਰ ਕੀ ਕਰੂੰਗਾ ਬੰਦੀ ਸਿੰਘ ਤੇ ਇਹਨਾਂ ਨੇ ਰਿਹਾ ਨਹੀਂ ਕਰਨੀ ਮੈਨੂੰ ਨਹੀਂ ਲੱਗਦਾ ਤੇ ਇਸ ਕਰਕੇ ਇਹ ਹੈਗੇ ਨੇ ਜੀ ਆਕਾ ਉਹ ਬੜੇ ਚਿਰ ਦਾ ਡਰਾਮਾ ਕੀਤਾ ਛੱਡਦੇ ਹੁਣ ਹਾਂਜੀ ਹੁਣ ਉਠਗੜੋ ਬਥੇਰੇ ਹੁਣ ਲੋਕੀ ਮਗਰ ਲਾ ਲਏ ਸੀਗੇ ਜੀ ਬਈ ਠੀਕ ਹੈ ਜੀ ਬਸ ਕੋਈ ਨੀ ਮੈਂ ਦਿਹਾੜੀ ਘੋਲ ਕਰ ਲਿਆ ਉਹਨਾਂ ਮੱਲ ਸਿੰਘ ਨੇ ਵੀ 50 ਲੱਖ ਰੁਪਇਆ ਜਿਹੜਾ ਮੰਗਿਆ ਉਹ ਵੀ ਭੇਜਤਾ ਹੁਣ ਤੇਰੇ ਖਾਤੇ 'ਚ ਪੈ ਗਿਆ ਹੁਣ ਚਲੋ ਠੀਕ ਹੈ ਜੀ ਜਿੱਦਾਂ ਤੁਸੀਂ ਕਹੋ ਦੁਬਾਰਾ ਫੋਨ ਨਹੀਂ ਆਉਣਾ ਮੇਰਾ ਤੇ ਤੈਨੂੰ ਮੇਰੀ ਜੀ ਨੂੰ ਕੁਛ ਹੋਣ ਡਿਆ ਆ ਤੁਸੀਂ ਬਾਪੂ ਸੂਰਤ ਸਿੰਘ ਜੀ ਤੇ ਦੂਜਾ ਤੁਸੀਂ ਦੋਸ਼ ਲਾਏ ਸੀਗੇ ਉਹ ਤੁਸੀਂ ਆਪ ਕਿੰਨੀ ਮੈਂ ਕੀ ਕਰਦਾ ਫਿਰ ਉਹ ਤੇ ਬੁੱਢਾ ਜਿਹਾ ਜਾਂਦਾ ਹੀ ਨਹੀਂ ਕਿਸੇ ਪਾਸੇ ਉਹ ਤੇ ਅੜ ਗਿਆ ਮੈਂ ਤੇ ਉਦਾਂ ਹੀ ਸੋਚਿਆ ਸੀਗਾ ਵੀ ਇੱਦਾਂ ਕਰਕੇ ਪੈਸੇ ਚਾਰ ਕਮਾ ਲੂ ਉਹ ਤੇ ਅੜ ਗਿਆ ਉਹ ਤੇ ਬੜਾ ਅਣਖੀ ਨਿਕਲਿਆ ਖਾਲਸਾ ਸਾਹਿਬ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜਿਹੜਾ ਭਰਾਵਾ ਮੈਨੂੰ ਭੁੱਖ ਲੱਗੀ ਫਿਰ ਆ ਜੀ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ